Is that final sale? ਸਤਿ ਅਕਾਲ ਜੀ ਸਾਰਿਆਂ ਨੂੰ ਅਤੇ ਗੁੱਡ ਮਾਰਨਿੰਗ ਮੇਰੇ ਤਰਫੋਂ। ਅੱਜ ਪਹਿਲਾ ਦਿਨ ਹੈ ਜੀ ਕੈਨੇਡਾ 'ਚ, ਜਦੋਂ ਅਸੀਂ ਵਾਪਸ ਆਏ ਹਾਂ ਇੰਡੀਆ। ਇੰਡੀਆ ਤੋਂ ਤਾਂ ਬਸ ਆਉਂਦੇ ਹੀ ਸਾਰੇ ਬਿਮਾਰ ਹੋ ਗਏ ਨੇ। ਮੇਰਾ ਬੇਟਾ ਵੀ ਬਿਮਾਰ ਹੈ, ਮੈਨੂੰ ਤਾਂ ਕਫ ਬਹੁਤ ਗੰਦੀ ਲੱਗੀ ਹੋਈ ਆ, ਗਲਾ ਦਰਦ। ਅਤੇ ਬਸ ਹੁਣ ਆਏ ਹਾਂ ਘਰ, ਅਤੇ ਹੁਣ ਸਾਫ਼ ਸਫਾਈ ਕਰੀਏ। ਸਾਰੇ ਜਾਂਦੇ ਟਾਈਮ ਤਾਂ ਬੜੇ ਸਾਰਾ ਕੁਝ ਛੱਡ ਕੇ ਚਲਾ ਗਏ ਸਾਂ, ਬੈਗ ਤਾਂ ਪੈਕ ਤਾਂ ਨਿਕਲ ਗਏ। ਹੁਣ ਆਸਤੇ ਆਸਤੇ ਕਰੀਏ, ਫਿਰ ਸਮਾਨ ਸਮੂਨ ਲਿਆਈਏ, ਘਰ ਖਾਣ ਪੀਣ ਦਾ ਵੀ, ਗੱਡੀ ਦੀ ਇੰਸ਼ੋਰੈਂਸ ਵੀ ਕਰਾਈਏ। ਇਹਦੇ ਬਾਅਦ ਠੰਡ ਬੜੀ ਹੈ, ਬਰਫ਼ ਪੈਂਦੀ ਹੈ। ਅਤੇ ਰਿਆਸੀ ਦਰਾਂ ਵਿੱਚ ਇਹ ਮੇਰਾ ਬੱਚਾ ਪਾਰਟੀ ਹੈ ਜੇ, ਇਹਨਾਂ ਦੇ ਅਸੇ ਦੇ ਹੁਣ ਰਾਤ ਹੋਣੀ ਹੈ ਇਹਨਾਂ ਦੀ, ਇੰਡੀਆ ਦੇ ਮੁਤਾਬਿਕ ਨਾ। ਇਹ ਦੇਖੋ ਮੇਰਾ ਪੁੱਤਰ, ਅੱਜ ਕੁਛ ਨਹੀਂ ਰੈਡੀ ਹੋਏ ਦੇ, ਬਸ ਹੁਣ ਥੋੜ੍ਹੀ ਦੇਰ 'ਤੇ ਬ੍ਰੈਸ਼ ਬੁਸ਼ ਕਰਕੇ ਹੋ ਗਿਆ ਉਹਨਾਂ ਦਾ, ਬਸ ਥੋੜ੍ਹੀ ਦੇਰ 'ਤੇ ਬਸ ਹੁਣ ਇਹ ਦੇਖੋ ਇੱਕ ਹੋਰ ਆਈ ਨੇ। ਅੱਛਾ ਦੇਖ ਖੰਡ ਵੀ ਹੈ, ਚੱਲ ਬਸ ਜੀ ਹੁਣ ਬੱਚਾ ਪਾਰਟੀ ਨੂੰ ਕਰੀਏ ਥੋੜ੍ਹਾ ਰੈਡੀ, ਮੂੰਹ ਹੱਥ ਨਾ ਧੁਆਈਏ ਥੋੜ੍ਹਾ, ਨਵਾ ਨੂੰ ਓਕੇ। ਅਤੇ ਆਪੇ ਕਹਾਂ ਜਾਣਾ ਹੈ, ਹਮ ਦੇਖਤੇ ਹੈ ਅਬ ਕਹਾਂ ਜਾਣਾ ਹੈ, ਅਬ ਕੈਨੇਡਾ ਆ ਗਏ ਹੈ ਤੋ ਅਬ ਯਹਾਂ ਸੇ ਕਹਾਂ ਜਾਏਂਗੇ, ਆਹ ਇੱਕ ਕਮਰੇ ਸੇ ਦੂਸਰੇ ਕਮਰੇ, ਦੂਸਰੇ ਕਮਰੇ ਸੇ ਪਹਿਲੇ ਕਮਰੇ। ਚਲੀਏ ਜੀ ਹੁਣ ਥੋੜ੍ਹਾ ਸਾਫ਼ ਸਫਾਈ ਕਰੀਏ, ਨਾਲ ਨਾਲ ਚਾਚੀਆਂ ਨੂੰ ਸਮਾਨ ਕੱਢੀਏ ਲਾਈਏ, ਅਤੇ ਬੱਚਿਆਂ ਨੂੰ ਵੀ ਰੈਡੀ ਕਰੀਏ ਥੋੜ੍ਹਾ ਇਹਨਾਂ ਨੂੰ ਮੂੰਹ ਛੂ ਠੀਕ ਕਰੀਏ ਨਾ ਘਿਓ ਚਾ, ਓਕੇ। ਸਾਰੇ ਬਿਮਾਰ, ਚਲੋ ਮੇਰਾ ਬੱਚਾ, ਚਲੋ ਪਾਪਾ। ਚਲੋ ਮੈਡਮ ਜੀ ਹੁਣ ਪੁੱਜ ਗਏ ਹੋ, ਹੁਣ ਆਪਣਾ ਐਪਰ ਉਪਰ ਰੈਡੀ ਕਰੋ ਅਤੇ ਕਰੋ ਹੁਣ ਕੰਮ ਸਟਾਰਟ। ਬੜੀਆਂ ਛੁੱਟੀਆਂ ਬਣਾ ਲਈਆਂ, ਪਾਣੀ ਖੋਲ ਕੇ ਬਹਿ ਗਈ ਹੈ। ਚਲੋ ਜੀ ਆਸਾ ਆਸਾ ਕਰੀਏ, ਇਹ ਤੇ ਆਉਂਦੇ ਸਾਰੇ ਬਿਮਾਰ ਹੋ ਗਏ, ਤੇ ਦੇਖੋ ਕਰੀਏ ਸੈਟਿੰਗ ਕਰੀਏ ਥੋੜੀ। ਚਲੋ ਜੀ ਥੱਲੇ ਆਇਆ, ਮੈਂ ਕਿਹਾ ਲੋਕਰ ਤੇ ਆਪਣਾ ਸਮਾਨ ਦੇਖੀਏ, ਚਾਬੀ ਕੀ ਕਰਨੀ ਹੈ ਪੁੱਤਰਾ, ਨੰਬਰ ਪਤਾ ਤੈਨੂੰ? ਉਹ ਕਿਹੜੀ ਚਾਬੀ ਆ ਵੇ, ਇਹ ਨਹੀਂ ਪੁੱਤਰ, ਇਹ ਦੱਸ ਤਾਂ ਸਹੀ ਪਾਪਾ ਦੱਸਣ ਤੈਨੂੰ, ਤੁਸੀਂ ਕਿੱਥੇ ਬੱਚੇ? ਇੱਕ ਲੋਕਰ ਹੈ, ਤੁਸੀਂ ਦੋ ਗੀਆਂ ਖੋਲੋਗੇ, ਇਹ ਖੋਲੋ ਤਾਂ ਇੱਕ ਮਿੰਟ ਉਹਨੂੰ ਘੁਮਾ ਲੈਂਦੇ। ਚੱਲ ਚੱਲ ਦੇਖੋ, ਉਹ ਦੇਖੋ ਜੀ ਬੜਾ ਸਮਾਨ ਪਿਆ ਇਹਦਾ, ਦੇਖੀ ਹੁਣ ਕੀ ਆਇਆ ਇਹਦੇ ਵੀ ਬਹੁਤ ਚੈੱਕ ਕਰਾਂਗੇ ਬੱਚੇ। ਚਲੋ ਹੁਣ 4 ਮਹੀਨੇ ਦੀਆਂ ਕੋਈ ਲੈਟਰਸ ਆਈ ਨਹੀਂ, ਅੰਦਰ ਵੀ ਵੇਚਦੀਆਂ ਤਾਂ ਇਹ ਵੀ ਦੇ ਦਿਓ। 4 ਮਹੀਨੇ ਦੀ ਲੈਟਰ ਆਈਆਂ ਇਕੱਠੀਆਂ ਹੋਈਆਂ ਜੀਆਂ, ਕੈਨੇਡਾ ਸੀ ਸਾਡੇ ਸਹੀ ਆ, ਹਰ ਡਿਪਾਰਟਮੈਂਟ ਚਿੱਠੀ ਭੇਜੀ ਦੀ ਹੈ, ਹੁਣ ਦੇਖੀਏ ਕੀ ਕੀ ਹੈ। ਕੋਈ ਚਿੱਠੀਆਂ ਨਾਲ ਪੈਸੇ ਭੇਜ ਦਿਆ ਕਰੋ ਯਾਰ, ਇੱਕ ਇੰਡੀਆ ਚੱਕਰ ਇੱਕ ਹੋਰ ਲੱਗ ਜਾਏ। ਮੈਂ ਕਿਹਾ ਆਈਆਂ ਲੈਟਰਾਂ ਭੇਜ ਦੇ ਨੇ ਸਾਨੂੰ ਜੀਆਂ, ਕੈਨੇਡਾ ਸਾਈਜ਼ 80 ਦਿੰਦੇ ਆ। ਚਲੋ ਚੈੱਕ ਕਰੀਏ ਕਿ ਉਹਦਾ ਕੋਈ ਪੈਸੇ ਲਵੀ ਹੋਏ। ਮੇਰਾ ਬੱਚਾ ਜਿਲੇ ਵੀ ਸਿਰ ਧੋਂਦਾ ਸੀ ਨਾ, ਬਹੁਤ ਰੋਂਦਾ ਸੀ, ਤੇ ਅੱਜ ਮੇਰੇ ਬੱਚੇ ਨੇ ਕੀ ਕੀਤਾ? ਨਹੀਂ ਰੋਇਆ, ਫਸਟ ਟਾਈਮ ਹੋਇਆ ਜੀ, ਨਜ਼ਰ ਨਾ ਲੱਗੇ ਉਹਨੂੰ। ਚੱਲ ਮੇਰਾ ਪੁੱਤਰ, ਇੱਧਰ ਮੈਂ ਬਿਮਾਰ ਹਾਂ, ਉੱਧਰ ਮੇਰੀ ਮਾਂ, ਪਾਪਾ, ਮੇਰੀ ਭਤੀਜੀ, ਅਤੇ ਮੇਰੇ ਪੁੱਤਰ ਨੂੰ ਵੀ ਖਾਂਸੀ ਲੱਗੀ ਹੈ। ਮੈਂ ਕਿਹਾ ਪਤਾ ਨਹੀਂ ਕਿਹੜਾ ਗ੍ਰਹਿ ਹੈ, ਸਾਰਿਆਂ ਉਰ ਪਿਆ। ਚਲੋ ਕੋਈ ਗੱਲ ਨਹੀਂ, ਦਵਾਈਆਂ ਖਾਈ ਜਾਓ, ਹੋ ਜਾਓਗੇ ਠੀਕ ਰਹਿ, ਠੀਕ ਹੈ ਜੀ, ਦੇਖਦੇ ਹਾਂ ਕਰਦੇ ਹਾਂ ਡਾਕਟਰ ਕੋਲ ਚੱਲਦੇ ਹਾਂ। ਚਲੀਏ ਜੀ ਹੁਣ ਥੋੜ੍ਹੀ ਮਤ ਪਈ ਹੈ ਉੱਠਣ ਦੀ, ਤਾਂ ਮੈਂ ਕਿਹਾ ਚਲੋ ਡਾਕਟਰ ਨੂੰ ਦਿਖਾ ਲਿਆਈਏ। ਅਤੇ ਸਾਹਮਣੇ ਡਾਕਟਰ ਆ, ਉਹਨੇ ਫੋਨ ਕੀਤਾ ਅਤੇ ਜਾਂ 2 ਵਜੇ ਆਇਆ ਨਾ, ਹੁਣ ਅੱਜ 4 ਵਜੇ ਆਏਗਾ, ਅਤੇ ਇੱਥੋਂ ਦੂਰ ਹੈ ਥੋੜ੍ਹਾ 2-3 ਕਿਲੋਮੀਟਰ, ਅਤੇ ਮੈਂ ਕਿਹਾ ਚਲੋ ਉੱਥੇ ਚੈੱਕਅਪ ਕਰਾ ਕੇ ਆਈਏ। ਪਹਿਲੇ ਤੋਂ ਪਹਿਲੇ ਤਾਂ ਵੈਸੇ ਵੀ 50% ਠੀਕ ਤਾਂ ਹਾਂ, ਅਤੇ ਮੈਂ ਚਲੋ ਦਿਖਾ ਆਈਏ, ਬਾਹਰ ਮੌਸਮ ਵੀ ਵਧੀਆ ਲੱਗ ਰਿਹਾ, ਅੱਜ ਹੈ ਤਾਂ -6-7 ਹੈ, ਲੇਕਿਨ ਉਹ ਹੈ ਧੁੱਪ ਬਹੁਤ ਹੈ। ਦੇਖੋ ਜੀ ਸਨੋ ਪਈ ਸੀ ਸਾਡੇ ਆਉਣ ਤੋਂ ਪਹਿਲੇ, ਬਿਲਕੁਲ ਸਾਫ਼ ਹੋ ਗਿਆ ਸੀ, ਪਰ ਸਾਡੇ ਆਉਣ ਦੀ ਸਨੋ ਪੈ ਗਈ ਹੈ। ਬਸ ਵਧੀਆ ਮੌਸਮ ਤਾਂ ਵਧੀਆ, ਚਲੀਏ ਹੁਣ ਡਾਕਟਰ ਚੈੱਕ ਅਪ ਕਰਾਈ। ਪੁੱਜ ਗਿਆ ਜੀ ਕਲੀਨਿਕ, ਜਾ ਰਹੇ ਅੰਦਰ, ਹੁਣ ਦੇਖੋ ਕੀ ਬੰਦਾ ਬੜੇ ਮੁਸ਼ਕਿਲ ਨਾਲ ਵਾਕ ਕਰਨਾ ਹੁੰਦਾ ਹੈ, ਸਾਈਡ ਵਾਕ 'ਤੇ ICI ਸੀ। ਚਲੀ ਅੰਦਰ, ਹੋ ਗਿਆ ਜੀ ਡਨ ਡਾਕਟਰ ਕੋਲੋਂ, ਠੀਕ ਹੈ ਪਹਿਲੇ ਤੋਂ ਐਜ ਯੂਜ਼ਲ, ਦਵਾਈ ਤਾਂ ਨਾ ਕੋਈ ਨਹੀਂ ਲਿਖੀ,
ਜੋ ਉਹਨਾਂ ਕਹੀ ਹੈ ਬਸ ਪੇਟ ਦੀ ਖਰਾਬ ਦੀ ਲੈ ਲਓ ਬਸ ਮੈਂ ਕਿਹਾ ਉਹ ਤਾਂ ਆਪਣੀ ਇੰਡੀਆ ਵੀ ਲੈਂਦੀ ਹੋਈ ਆ ਖਾਂਗੇ ਫਿਰ ਮੇਰੇ ਦੂਜੀ ਇਨਫੈਕਸ਼ਨ ਗਲੇ ਇਨਫੈਕਸ਼ਨ ਦੀ ਖਾ ਰਿਹਾ ਸਾਂ ਅਤੇ ਉਹ ਕਹਿੰਦਾ ਉਹ ਬੰਦ ਕਰ ਦਿਓ ਅਤੇ ਇਹ ਲੈ ਲਓ ਇੱਥੋਂ ਬਾਹਰ ਕਾਊਂਟਰ ਤੋਂ ਮੈਂ ਕਿਹਾ ਭਰਾਵਾ ਕੋਈ ਇਲਾਜ ਦਾ ਸਕੂ ਐਂਟੀਬਾਇਓਟਿਕ ਇੱਥੇ ਤਾਂ ਆ ਦਿੰਦੇ ਐਂਟੀਬਾਇਓਟਿਕ ਦੇਗਾ ਤੇਰਾ ਪੇਟ ਹੋਰ ਖਰਾਬ ਹੋ ਜਾਣਾ ਉਹ ਵੀ ਠੀਕ ਹੈ ਮੈਂ ਕਿਹਾ ਚਲੋ ਕੋਈ ਗੱਲ ਨਹੀਂ 50% ਇੰਡੀਆ ਦਵਾਈ ਨਾਲ ਠੀਕ ਹੋ ਜਾਣਾ ਅਤੇ ਅੱਗੇ ਵੀ ਇੰਡੀਆ ਦਵਾਈ ਨਾਲ ਠੀਕ ਹੋਊਗਾ ਚਲਾ ਕੇ ਚੈੱਕ ਕੀਤਾ ਉਹਨੇ ਟੈਸਟ ਠੀਕ ਹੈ ਥੋੜ੍ਹਾ ਵਾਇਰਲ ਹੈ ਚਲੋ ਹੋ ਜਾਏਗਾ ਠੀਕ ਬਸ ਮੈਂ ਤੁਹਾਨੂੰ ਕਰਤਾ ਫੋਨ ਆ ਰਿਹਾ ਲੈਣ ਵਾਸਤੇ ਚਲੋ ਜੀ ਡਾਕਟਰ ਡਨ ਹੋ ਕੇ ਅਤੇ ਉਸ ਤੋਂ ਬਾਅਦ ਇੰਸ਼ੋਰੈਂਸ ਔਨ ਕਰਾਈਏ ਅਤੇ ਜਾ ਰਹੇ ਹਾਂ ਜੀ ਸਪਾਈਕਸ ਲੈਣ ਵਾਸਤੇ ਜਿਹੜੇ ਬੂਟਾ ਥੱਲੇ ਲਾਉਣੀ ਹੈ ਕਿਉਂਕਿ ਮੈਨੂੰ ਤਾਂ ਲਾਸਟ 'ਚ ਜਦੋਂ ਮੈਂ ਡਿੱਗਿਆ ਸਾਂ ਸਨੋਅ 'ਤੇ ਹੁਣ ਤਾਂ ਮੈਨੂੰ ਚੱਲਦਾ ਵੀ ਡਰ ਲੱਗਦਾ ਅਤੇ ਕਿਉਂਕਿ ਸਲਿੱਪ ਬੜੀ ਹੈ ਜਾ ਰਹੇ ਹਾਂ ਸਟੋਰ 'ਤੇ ਹੁਣ ਦੇਖੋ ਉੱਥੇ ਸਪਾਈਕਸ ਲਾਵਾਂ ਜਿਹੜੇ ਬੂਟ ਥੱਲੇ ਉਹ ਨਹੀਂ ਹੁੰਦੀ ਜਿਹੜੇ ਗੱਡੀ ਦੇ ਟਾਇਰਾਂ ਸੰਗਲ ਪਾਉਂਦੇ ਨੇ ਹੁਣ ਆਪਣੇ ਪੈਰਾਂ ਸੰਗਲ ਪਾਉਣੀ ਹੈ ਉਹ ਵੀ ਸੰਗਲ ਲੈਣ ਜਾ ਰਹੇ ਹਾਂ ਜੀ ਸਟੋਰ ਦੇ ਅੰਦਰ ਸਟੋਰ ਹੈ ਜੀ ਕੈਨੇਡੀਅਨ ਟਾਇਰ ਦੇ ਅੰਦਰ ਮਾਰਕਸ ਦਾ ਸਟੋਰ ਹੈ ਅਤੇ ਮੋਸਟਲੀ ਅਸੀਂ ਕੱਪੜੇ ਇੱਥੋਂ ਲਏਗਾ ਵਧੀਆ ਵਧੀਆ ਕੱਪੜੇ ਹੁੰਦੇ ਉੱਥੇ ਜਾ ਰਹੇ ਹਾਂ ਉੱਥੇ ਐਂਟਰ ਕਰ ਲਿਆ ਹਾਏ ਇਜ਼ ਦੈਟ ਫਾਈਨਲ ਸੇਲ ਬਿਕਾਜ਼ ਆਈ ਹੈਵ ਟੂ ਗੋ ਐਂਡ ਚੈੱਕ ਇਟ ਇਫ ਇਟ ਡੋਨਟ ਫਿਟ ਇਨ ਮਾਈ ਸ਼ੂਜ਼ ਦੈਨ ਆਈ ਹੈਵ ਟੂ ਕਮ ਬੈਕ ਸੋ ਦੈਟਸ ਵਾਈ ਆਈ ਵਾਂਟ ਟੂ ਨੋ ਦੈਟ ਹਾਊ ਮਚ ਇਜ਼ ਇਟ ਇਟਸ $65 ਯਾ ਇਟਸ ਔਨ ਫਾਈਨਲ ਸੇਲ ਆਈ ਮੀਨ ਦੈਟਸ ਹਾਊ ਮਚ ਇਟ ਇਜ਼ No, because if not fit on my shoe, then can I come back and... Return it? Yeah. Yeah, okay. ਲੈ ਲਈਆਂ ਜੀ ਸੰਗਲਾਂ ਆਪਣੇ ਵਾਸਤੇ ਦੇਖੋ ਹੁਣ ਸਾਡੀ ਗੱਡੀ ਵੀ ਹੁਣ ਸੰਗਲਾਂ ਪਾ ਕੇ ਚੱਲੇਗੀ ਜਿਵੇਂ ਤਾਂ ਠੰਡ ਹੈ ਇੱਥੇ ਹੁਣ ਦੇਖੀਏ ਭਰਾ ਸਾਡਾ ਕੇ ਲੈ ਰਿਹਾ ਉਹ ਵੀ ਸ਼ੂਜ਼ ਲੈਣ ਪੜ ਗਿਆ ਚਲੋ ਜੀ ਹੁਣ ਗੱਡੀ ਦੇ ਬਲੌਕ ਹੀਟਰ ਲਾਈਏ ਕਿਉਂਕਿ 4 ਮਹੀਨੇ ਗੱਡੀ ਬੰਦ ਆ ਇਸ ਵੈਦਰ 'ਤੇ ਨਾ ਗੱਡੀ ਸਟਾਰਟ ਨਹੀਂ ਹੋਣੀ ਮੈਂ ਬਲੌਗ ਹੀਟਰ ਲਾ ਕੇ ਰੱਖੀ ਅੱਜ ਅਤੇ ਕੱਲ੍ਹ ਆਪਾਂ ਉਹ ਕਰਾਂਗੇ ਗੱਡੀ ਸਟਾਰਟ ਕਰਾਂਗੇ ਚਲੀ ਜਾਂਦੀ ਜੀ ਬਹੁਤ ਠੰਡਾ ਬਾਅਦ ਮੁੱਛਾਂ ਹੀ ਜੰਮ ਗਈਆਂ ਅਤੇ ਬੱਚੇ ਦੇਖੀ ਬੱਚੇ ਕੀ ਕਰ ਰਹੇ ਨੇ ਇਹੋ ਲਾਈਫ ਹੈ ਜੀ ਕੈਨੇਡਾ ਦੀ ਆ ਕੇ ਤੁਹਾਨੂੰ ਦੱਸਾਂਗੇ ਬਾਕੀ ਹੋਰ ਵੀ ਚੀਜ਼ਾਂ ਇਹ ਬਲੌਗ ਦਾ ਮੈਨੂੰ ਬਿਮਾਰੀ ਜੀ ਨਿਕਲ ਗਿਆ ਉਹ ਐਨਰਜੀ ਨਹੀਂ ਹੈ ਜੋ ਇੰਡੀਆ ਜੀ ਕੋਈ ਨਹੀਂ ਨੈਕਸਟ ਵਲੌਗ ਐਨਰਜੀ ਵਾਲਾ ਹੀ ਹੋਏਗਾ ਪਰ ਥੋੜ੍ਹੀ ਸਿਹਤ ਠੀਕ ਹੋ ਜਾਏ ਓਕੇ ਜੀ ਇਹ ਮੇਰਾ ਪੁੱਤਰ ਵੀ ਆ ਗਿਆ ਜਾ ਇਹ ਮੇਰਾ ਪੁੱਤਰ ਮੇਰੀ ਬੇਟੀ ਤਾਂ ਸੌ ਗਈ ਇਹਨੂੰ ਜੈਟ ਲੈ ਕੇ ਲੱਗੇਗਾ ਉਹ ਤਾਂ 2 ਦਿਨ ਵਿੱਚ ਸੋ ਜਾਂਦੀ ਰਾਤੀ ਉੱਠਦੀ ਹੈ 10 ਵਜੇ ਇਹ ਨਹੀਂ ਸੌਂਦਾ ਇਹ ਠੀਕ ਹੈ ਇਹ ਆਪਣੀ ਮਾਂ ਉੱਪਰ ਗਿਆ ਉਹਨੂੰ ਉਹ ਵੀ ਠੀਕ ਹੈ ਮੈਨੂੰ ਵੀ ਨੀਂਦ ਆ ਜਾਂਦੀ ਜਿਹਨੇ ਮੇਰੇ ਤਾਂ ਮੇਰੀ ਕੁੜੀ ਇੱਕੋ ਜਿਹੇ ਆ ਚਲੋ ਮੈਂ ਰੋਚਾ ਓਕੇ ਜੀ ਬਾਏ ਸਾਰਿਆਂ ਦਾ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਹੁਣ ਦੇਖੋ ਥੋੜ੍ਹੀ ਉਹਨਾਂ ਕੇ ਤਾਕਤ ਆਈ ਹੁਣ ਮੂੰਹ ਵੀ ਥੋੜ੍ਹਾ ਚੱਲਿਆ ਨਹੀਂ ਤਾਂ ਇਹ ਆ ਕੇ ਇਹ ਬਿਮਾਰ ਹੋਏ ਆ ਕੇ ਸਾਰੇ ਕਿ ਮੈਂ ਤਾਂ ਬਿਮਾਰ ਹੀ ਸਾਂ ਨਾ ਮੇਰੇ ਸਾਹ ਸੀ ਗੱਲ ਕਰਨਾ ਐਵੇਂ ਦੇਖੋ ਇਹ ਸਾਡੀ ਟੀਮ ਤਿਆਰ ਹੋ ਗਈ ਨੇ ਚੱਲਦੇ ਹਾਂ ਬਾਹਰ ਬਸ ਇਹ ਤਾਂ ਸਰਦੀਆਂ ਜੀ ਕੁਝ ਬਸ ਕੱਪੜੇ 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 ਬਸ 5-7 ਲੇਅਰਾਂ ਪਾਓ ਅਤੇ ਫਿਰ ਬਾਹਰ ਚਲੋ ਜਾ ਰਹੇ ਹਾਂ ਅੱਜ ਹੀ ਹੁਣ ਬੱਚਾ ਪਾਟੀ ਵੀ ਥੋੜ੍ਹੀ ਇਹਨੂੰ ਡਾਕਟਰ ਨੂੰ ਦਿਖਾ ਲਈਏ ਚੈਸਟ ਚੁਸ ਚੈੱਕ ਕਰਾ ਲਈਏ ਖੰਘਦੇ ਵੀ ਹਨ ਇਹਦੇ ਵਾਇਰਲ ਹੀ ਹੈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਅਤੇ ਨਾਲ ਥੋੜ੍ਹੀ ਗਰੋਸਰੀ ਕਰ ਲਈਏ ਥੋੜ੍ਹੀ ਕਰ ਲਈ ਸੀ ਪਹਿਲੇ ਮੈਂ ਘੱਲੇ ਜਾ ਕੇ ਅਤੇ ਮੈਂ ਆਪਾਂ ਤੋਂ ਉਹੀ ਦੱਸਾਂਗੇ ਅੱਜ ਠੀਕ ਹੈ ਬਾਬੂ ਕਿੱਥੇ ਚੱਲੀਏ ਡਾਕਟਰ ਪਾ ਜਾਣਾ ਹੈ ਕੀ ਹੋਇਆ ਤੈਨੂੰ ਪਤਾ ਨਹੀਂ ਜੀ ਮੇਰੀ ਪੁੱਤਰੀ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਨਾ ਚਲੋ ਜੀ ਚੱਲੀਏ ਹੁਣ ਡਾਕਟਰ ਕੋਲ ਹੋ ਕੇ ਤਾਂ ਮੈਂ ਥੋੜ੍ਹੀ ਗਰੋਸਰੀ ਕਰਾਂਗੇ ਆਪਾਂ ਤੁਹਾਨੂੰ ਉਹੀ ਦੱਸਾਂਗੇ ਅੱਜ ਠੀਕ ਹੈ ਜੀ ਕਿਉਂਕਿ ਇੱਥੇ ਕੈਨੇਡਾ ਵੀ ਤਾਂ ਹੁਣ ਸਮਝ ਨਹੀਂ ਆ ਰਹੀ ਹੋਰ ਕਿ ਕਿਸੇ ਦਾ ਵਲੌਗ ਬਣਾਈਏ ਅਤੇ ਚਲੋ ਐਵਰੀਡੇ ਐਕਟੀਵਿਟੀ ਜੋ ਆਪਾਂ ਕਰਾਂਗੇ ਅਤੇ ਉਹ ਤੁਹਾਨੂੰ ਦੱਸਾਂਗੇ ਚਲ ਮੇਰਾ ਬੱਚਾ ਲੈਟਸ ਗੋ ਦੇਖੋ ਜੀ ਸਨੋ ਆਲਮੋਸਟ ਮੈਲਟ ਹੈ ਹਾਂਜੀ ਮੇਰਾ ਬੱਚਾ ਇਹ ਹਮਾਰੀ ਗਾੜੀ ਹੈ ਓਕੇ ਲੈਟਸ ਗੋ ਦੈਨ ਆਸਤੇ 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 ਸਨੋ ਸਨੋ ਹੋਣੀ ਬੱਚੇ ਸਲਿੱਪ ਹੋਏਗੀ ਇੱਥੇ ਆਰਾਮ ਨਾਲ ਵਾਪਸ ਆਏ ਜੀ ਅੰਦਰ ਇੰਡੀਆ ਰਹਿ ਰਿਹਾ ਕਿ ਨਾ ਆਦਤ ਨਹੀਂ ਰਹੀ ਬੱਚੇ ਕਾਰ ਸੀਟ ਉਹਦੇ ਬਿਨਾਂ ਤਾਂ ਟਰੈਵਲ ਨਹੀਂ ਕਰ ਸਕਦੇ ਮੁੰਡਾ ਮੇਰਾ ਤਾਂ ਚਲੋ ਅੱਜ ਦਾ ਸੀਟ 'ਤੇ ਬਹਿ ਜਾਂਦਾ BTS ਰੱਖਣੀ ਪੈਂਦੀ ਹੈ ਬਸ ਉਹੀ ਲੈਣ ਸੇ ਵਾਪਸ ਆਇਆ ਅਤੇ ਆਪਾਂ ਬਹਿ ਗਏ ਹਾਂ ਵਾਸੀਆਂ ਨਾ ਮਾਰ ਹੈਲੋ ਟੋਪੀ ਨਾ ਪੂਰੀ ਥੱਲੇ ਕਰ ਕੰਨ ਉੱਪਰ ਕਰ ਉਤਾਰਨਾ ਸੀ ਨਹੀਂ ਆ ਕੇ ਮੇਰਾ ਪੁੱਤਰ ਕਿੱਧਰ ਗਿਆ ਮੇਰਾ ਪੁੱਤਰ ਤਾਂ ਦਿਖ ਨਹੀਂ ਰਿਹਾ
ओ आ गया जी, चलो चलो चलिए जी, सबसे आ गया। ओके ओके मेरा बच्चा, देखो जी सी गल, बच्चा पार्टी होने आई है, डॉक्टर चेक कि गए तो पता तुसी चेक करान अंदर गए सुन जी 12:30 बजे ते 3 बजे बाहर आए 2.5 घंटे बाद रहन, डॉक्टर ने के चेक किया कुछ नहीं पता नहीं के कर डॉक्टर करता के सी कखनी। चलो जी इत ही कुछ है, चलो डॉक्टर ने थोड़ा बहुत चेक किया, चलो चेस्ट ठीक है बच्चे की, और ना के करना दवाई तो वैसे नहीं लिखते, उन्हें कहना जो ओवर द काउंटर मिलती भी ले जाओ, चलो ठीक है कोई गल नहीं, हम चलिए हम आप जो घरों निकले सू चेकअप कराने तो बाद ग्रोसरी कर, इन थोड़ा कोई खिलाइए, खिला के फिर चेकअप करिए ग्रोसरी। तबू की खाना है? पिज़्ज़ा। चुप कर, पिज़्ज़ा नहीं मिलता इन्हें, जल्दी नहीं बनता पिज़्ज़ा, रैश और बोलो और बोलो मैंने तो खा ही लो गए दिमाग, और बोलो अच्छा अच्छा चलो चलते हैं देखने के बर्गर पिज़्ज़ा आई मीन चिकन एग फ्राइज ओके चलो पिज़्ज़ा तो सामने पिज़्ज़ा देख रहा ओके ओके चलिए फिर चलिए चलो पिज़्ज़ा अच्छा चलो चलिए ना फिर। देखो जी आ गए असि हम जनाब बर्गर किंग खाने से, यह देखो एक पा के बैठे क्राउन खाली क्राउन ही लाना, फिर चलिए घर खाइए कुछ ना आ गया जी फूड है, देखो आज जी रोटी साड़ी जी है, मेरे बच्चे के खा के मंगाया था चिकन नगेट मेरे पुत्र ने बर्गर ओके ये देखो देखिए आंदे स्टार्ट हो गया भूख लगी थी चलो खाओ मेरा बच्चा करो करो एंजॉय करो, मम्मा कैच प्लान गई आंदी उन्हें ओके बस जी चलो फूड डन किया, थोड़ा सा समान लै लीए ग्रोसरी का, बच्चे चले गए ना कहते, मैं क्या चलो मैं कार्ट लैके आना तो चलिए निके निका समान लै लीए, ऑलरेडी ग्रोसरी की थी पहले मैं कल आया था तो थोड़े मसाले मसूले रह गए थे, मैं कहना मिल जाना आए तो वजिए, चलो आ गया जी अंदर ਬੈਠ ਗਏ ਚਲੋ ਜੀ ਲਓ ਹੁਣ ਕੀ ਲੈ ਲੱਗੇ ਹੋ ਦੇਖੋ ਜੀ ਫਲੀਆਂ ਲੈਣ ਹੋ ਰਹੀਆਂ ਮੇਰਾ ਪੁੱਤਰ ਗ੍ਰੋਸਰੀ ਕਰ ਰਿਹਾ ਦੱਸ ਰਿਹਾ ਮਾਂ ਨੂੰ ਕਿਹੜਾ ਸੇਬ ਲੈਣਾ ਕਿਡ ਸੈਕਸ਼ਨ ਤੇ ਆਇਆ ਯਾਦ ਆ ਗਿਆ ਕੁਛ ਇਹਨਾਂ ਦਾ ਹੋਇਆ ਸੀ ਜੌਨਸਨ ਮਾਲ ਜੀ ਜੌਨਸਨ ਮਾਲ ਜੀ ਲੈ ਲਈਏ ਇਹ ਸਾਰਾ ਕਿਡ ਸੈਕਸ਼ਨ ਹੈ ਜੀ ਅਤੇ ਅੱਗੇ ਬਿਊਟੀ ਸੈਕਸ਼ਨ ਹੈ ਸਾਰਾ ਅਤੇ ਇੱਧਰ ਕੱਪੜੇ ਆ ਗਏ ਦੇਖੋ ਸਾਰੇ ਬੱਚਿਆਂ ਦੇ ਵੱਡਿਆਂ ਦੇ ਕੁੜੀਆਂ ਦੇ ਸਾਰਿਆਂ ਦੇ ਕੱਪੜੇ ਸਭ ਮਿਲ ਜਾਂਦੇ ਇਹ ਨਾਲ ਹੀ ਨਾਲ ਜਿਹੜਾ ਬਿਊਟੀ ਸੈਕਸ਼ਨ ਹੈ ਜਿਹੜਾ ਆ ਮੇਰੇ ਪੁੱਤਰ ਬੱਚਿਆਂ ਨੇ ਸਮਾਨ ਤਾਂ ਲੈ ਲਿਆ सारे लैके आ गए, ये भी लैना ब्रश ये भी लैना सारे कट्ठे देखो तो मैं क्या स्कैन करके देखा बार कोड स्कैन करके देखिए उ प्राइस है नहीं सी आ गए जी साढ़े सारे मसाले मसले जितने पेज होंगे ये पूरी सैक्शन है मर्ची जीरा अजवाइन जो भी है सब कुछ पे देखना पैना के रेट है के है आ गई जी दाल सारिया लगी दी आ गया जी बेकरी सैक्शन से ब्रैड लैना से सारी बेकरी सैक्शन हो गई जी शॉपिंग ग्रॉसरी सारी हो गई है ऑलमोस्ट हम पाइए बैग गड्डी च एक बैग दो बैग ते चलो जी हम टाइम हम ग्रासरी लिया भी है लिया सौखी है मैं अंदर फ्रिज लानी औखी है हूँ बाकी बच्चे कपड़े कपड़े चेंज कर मैं कहना कपड़े कपड़े चेंज करा जो मैं जिन्ना समान हो सकता मैं रखा तो पता तो मैंने भी नहीं है
ਅਦਾ ਸਮਾਨ ਰੱਖਣਾ ਕਿੱਥੇ ਹੈ ਫ੍ਰਿਜ ਦਾ ਸਮਾਨ ਤੁਹਾਨੂੰ ਪਤਾ ਦਾਲਾਂ ਦੂਲਾਂ ਫਿਰ ਮੈਡਮ ਔਰ ਆਪ ਹੀ ਰੱਖਾਂਗੇ ਆਪਾਂ ਦੇ ਫ੍ਰਿਜ ਦਾ ਸਮਾਨ ਰੱਖੀਏ ਕੈਚਅਪ ਹਾਂਜੀ ਆਲਮੋਸਟ ਖਾਲੀ ਆ ਦੇਖੋ ਸਮਾਨ ਲੈ ਕੇ ਆਇਆ ਹੁਣ ਡੱਬਾ ਹੀ ਦੇਖਦੇ ਹਾਂ ਭਰਾਉਂਦਾ ਕਿ ਨਹੀਂ ਭਰਾਉਂਦਾ ਚਲੋ ਜੀ ਅੱਜ ਦਾ ਦਿਨ ਨਹੀਂ ਬੀਤਿਆ ਚਲੋ ਡਾਕਟਰ ਨੂੰ ਗਏ ਹਾਂ ਬੱਚਿਆਂ ਨੂੰ ਲੈ ਕੇ ਰੈਗੂਲਰ ਚੈੱਕਅਪ ਕਰਕੇ ਗਏ ਸਾਂ ਕੋਈ ਖਾਸ ਨਹੀਂ ਸੀ ਹੁਣ ਮੈਂ ਤਾਂ ਬਹੁਤ ਬਿਮਾਰ ਸਾਂ ਵਾਕਈ ਮੇਰਾ ਤਾਂ ਬੜਾ ਬੁਰਾ ਹਾਲ ਸੀ ਮੈਂ ਤਾਂ ਚਲ ਹੁਣ ਠੀਕ ਹੋਇਆ ਤਾਂ ਮੈਂ ਕਿਹਾ ਚਲੋ ਹੁਣ ਇੱਕ ਵਲੌਗ ਬਣਾਈਏ ਅਤੇ ਬਾਕੀ ਆਪਾਂ ਦੇਖਦੇ ਹਾਂ ਕਿ ਕੀ ਕਰਨਾ ਅਤੇ ਸ਼ੁਕਰਾਨਾ ਇਸ ਵਾਹਿਗੁਰੂ ਜੀ ਦਾ ਜਿਹਨੇ ਉਹਨੇ ਮਦਦ ਦਿੱਤੀ ਆ ਉੱਠੇ ਹਾਂ ਹੁਣ ਕੋਈ ਨਾ ਕੋਈ ਤਾਂ ਕਰਾਂਗੇ ਦੇਖੋ ਜੀ ਫੈਮਿਲੀ ਫੋਟੋ ਪਿੱਛੇ ਇਹ ਪਿੱਛੇ ਇਹ ਰਿਆਂਸ਼ 'ਚ ਹੁੰਦੀ ਫੋਟੋ ਹੈ ਉਹਦੇ ਬਚਪਨ ਦੀ ਫੋਟੋ ਹਨ ਸਾਰੀਆਂ ਥੈਂਕ ਯੂ ਜੀ ਸਾਰਿਆਂ ਦਾ ਮੇਰਾ ਚੈਨਲ ਲਾਈਕ ਅਤੇ ਸਬਸਕ੍ਰਾਈਬ ਕਰਨ ਵਾਸਤੇ ਅਤੇ 1200 ਸਬਸਕ੍ਰਾਈਬਰ ਹੋ ਗਏ ਤੁਹਾਡੀ ਮੇਰੇ ਨਾਲ ਹੀ ਹੋਏ ਨਾ ਅਤੇ ਅੱਗੇ ਵੀ ਜਿਹੜਾ 1-0 ਅੱਗੇ ਹੋਰ ਲੱਗਣਾ ਉਹ ਵੀ ਤੁਹਾਡੀ ਮੇਰੇ ਨਾਲ ਹੀ ਆਉਣਾ ਅਤੇ ਤੁਸੀਂ ਇਸ ਤਰ੍ਹਾਂ ਹੀ ਮੈਨੂੰ ਮੇਰਾ ਸਾਥ ਦਿਓ ਜਿਹੜਾ ਮੈਂ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਤੁਹਾਨੂੰ ਦੱਸਾਂ ਹੁਣ ਕੈਨੇਡਾ ਵਿੱਚ ਹਾਂ ਕੋਈ ਨਾ ਕੋਈ ਤਾਂ ਦੱਸਾਂਗਾ ਹੁਣ ਫੈਮਿਲੀ ਵਲੌਗ ਜੀ ਆਪਾਂ ਬਣਾਉਂਦੇ ਸਾਂ ਇੰਡੀਆ 'ਚ ਉਸ ਤਰ੍ਹਾਂ ਤਾਂ ਨਹੀਂ ਬਣ ਸਕਦੇ ਅਤੇ ਲੇਕਿਨ ਹਾਂ ਕੁਛ ਮੈਂ ਸੋਚ ਰਿਹਾ ਸਾਂ ਕੋਈ ਇਮੀਗ੍ਰੇਸ਼ਨ ਰਿਲੇਟਿਡ ਤੁਹਾਨੂੰ ਚੀਜ਼ ਕੋਈ ਦੱਸਾਂ ਜੋ ਮੈਨੂੰ ਪਤਾ ਹੋਏ ਅਤੇ ਇੱਥੇ ਲੋਕ ਬਹੁਤ ਆਉਂਦੇ ਹਨ ਖੱਚਲੀ ਬੜੇ ਹੁੰਦੇ ਨੇ ਜਿਹੜੇ PR ਨਹੀਂ ਹੋ ਪਾਉਂਦੇ ਦੱਸਾਂਗਾ ਥੋੜ੍ਹਾ ਬਹੁਤ ਉਹਦੇ ਬਾਰੇ 'ਚ ਪਹਿਲੇ ਮੈਂ ਆਪ ਸਰਚ ਕਰ ਲਾਂ ਕਿਉਂਕਿ ਜਦੋਂ ਦਾ ਮੈਂ ਸਿਟੀਜ਼ਨ ਹੋ ਗਏ ਤਾਂ ਉਸ ਤੋਂ ਬਾਅਦ ਮੈਂ ਜ਼ਿਆਦਾ ਧਿਆਨ ਨਹੀਂ ਮਾਰਦਾ ਵੀ ਕਿਹੜਾ ਰੂਲ ਆ ਰਿਹਾ ਬੱਚਿਆਂ 'ਚ ਕਿਹੜਾ ਨਹੀਂ ਆ ਰਿਹਾ ਆਪਾਂ ਨੂੰ ਸਿਟੀਜ਼ਨ ਸਾਨੂੰ ਲੋੜ ਹੀ ਨਹੀਂ ਚਲੋ ਠੀਕ ਹੈ ਜੀ ਥੈਂਕ ਯੂ ਸਾਰਿਆਂ ਦਾ ਮੇਰਾ ਚੈਨਲ ਲਾਈਕ ਅਤੇ ਸਬਸਕ੍ਰਾਈਬ ਕਰਨਾ ਸੀ ਇਸ ਤਰ੍ਹਾਂ ਹੀ ਲਾਈਕ ਅਤੇ ਸਬਸਕ੍ਰਾਈਬ ਕਰੋ ਅਤੇ ਦੇਖੋ ਜੀ ਮੇਰੇ ਨਾਲ ਹੀ ਮੇਰਾ ਪੁੱਤਰ ਭੰਗੜਾ ਮਾਰ ਰਿਹਾ ਇੱਧਰਾ ਇਹ ਆ ਗਿਆ ਜੀ ਇਹ ਮੇਰਾ ਪੁੱਤਰ ਭੰਗੜਾ ਕਿਉਂ ਮਾਰ ਰਿਹਾ ਖੁਸ਼ ਹੈ ਕਿਸ ਕਰਕੇ ਖੁਸ਼ ਹੈ ਪਤਾ ਨਹੀਂ ਹੈਪੀ ਹੈ ਮੇਰਾ ਬੱਚਾ ਹਾਂਜੀ ਉੱਧਰ ਆਏ ਤੁਸੀਂ ਤੁਹਾਨੂੰ ਨਜ਼ਰ ਪਈ ਹੋਣੀ ਹੈ ਪਿੱਛੇ ਸਟੋਰ 'ਤੇ ਬੱਚਿਆਂ ਦੇ ਸਾਰੇ ਜਿਹੜੇ ਟੋਏ ਨੇ ਇਸ ਤਰ੍ਹਾਂ ਸੱਟਦੇ ਨੇ ਜੀ ਉਹਨਾਂ ਅੱਗੇ ਟਾਈਮ ਨਹੀਂ ਮਿਲਿਆ ਆ ਕੇ ਕਿਉਂ ਮੈਂ ਬਿਮਾਰ ਸਾਂ ਟਾਈਮ ਨਹੀਂ ਮਿਲਿਆ ਇਹਨੂੰ ਸਿੱਧਾ ਸਿੱਧਾ ਕਰੀਏ ਜਿਹੜੇ ਜ਼ਰੂਰੀ ਰੱਖੀਏ ਨਹੀਂ ਤਾਂ ਬਾਕੀ ਕੀ ਕਰੀਏ ਸੱਟ ਦਈਏ ਸੱਟਣ ਭਰਾਵਾ ਇੰਨੇ ਗੰਦ ਥੋੜ੍ਹੀ ਇਕੱਠਾ ਕਰਨਾ ਅੱਛਾ ਬੈਂਗਾਂ ਦਾ ਹੈ ਚਲੋ ਜੀ ਹੁਣ ਕਰੀਏ ਬੱਚਾ ਬਾਟੀ ਨੂੰ ਥੋੜ੍ਹਾ ਤੰਗ ਕਰਕੇ ਨਾਲ ਇਹਨਾਂ ਨੂੰ ਸੁਆਈਏ ਸੁਣਦੇ ਨਹੀਂ ਹਨ ਨਾਲ ਆਪ ਵੀ ਸੋਈਏ ਥੋੜ੍ਹਾ ਆਰਾਮ ਕਰੀਏ ਬਸ ਬਸ ਮੇਰਾ ਬੱਚਾ ਠੀਕ ਹੈ ਜੀ ਥੈਂਕ ਯੂ ਜੀ ਬਾਏ ਇਸ ਤਰ੍ਹਾਂ ਹੀ ਮੇਰਾ ਚੈਨਲ ਇਸ ਤਰ੍ਹਾਂ ਹੀ ਮੇਰਾ ਚੈਨਲ ਲਾਈਕ ਅਤੇ ਸਬਸਕ੍ਰਾਈਬ ਕਰਿਓ ਜੀ ਕਿਹੜਾ ਚੈਨਲ ਹੈ ਜੈਗੀ ਵਲੌਗਸ ਥੈਂਕ ਯੂ ਜੀ ਬਾਏ